ਵਾਲੇਕੁਮ ਰਹਿਮਤੁਲਾ ਬਰਕਾਤੋ। ਅੱਜ ਅਸੀਂ ਜਿਹੜਾ ਨਾ ਐਕਸੀਡੈਂਟ ਦੇ ਕੋਲ ਆਏ ਹਾਂ, ਜਿਹੜਾ ਕਿਸ ਤਰੀਕੇ ਦੇ ਨਾਲ ਮਿੱਟੀ ਭਰਨ ਲੱਗਾ ਹੁਣ ਤੁਹਾਨੂੰ ਦਿਖਾਉਂਦੇ ਹਾਂ। ਟਰਾਲੀਆਂ ਕਿਵੇਂ ਭਰੀਆਂ ਜਾਂਦੀਆਂ, ਪਹਿਲੇ ਜਿਹੜਾ ਦੌਰ ਸੀ ਉਹਦੇ ਵਿੱਚ ਜਿਹੜੀਆਂ ਟਰਾਲੀਆਂ ਕਈ ਦੇ ਨਾਲ ਭਰੀਆਂ ਜਾਂਦੀਆਂ, ਬਹੁਤ ਮੁਸ਼ਕਲ ਬੰਦੇ 5-6 ਬੰਦੇ ਇੱਕ ਟਰਾਲੀ ਨੂੰ ਭਰਦੇ ਸਨ। ਹੁਣ ਜੀ ਐਕਸੀਵੇਟਰ ਨਿਕਲਿਆ ਜਾ ਦੇ ਨਾਲ ਨਾਲ ਠੀਕ ਮਸ਼ੀਨ ਨਿਕਲ ਆਈ ਹੈ, ਜਿਹਦੇ ਨਾਲ ਟਰਾਲੀ ਜਿਹੜੀ 1.5 ਮਿੰਟ 'ਚ ਪਹਿਲਾਂ ਜਿਹੜੀ ਭਰੀ ਜਾਂਦੀ ਹੈ। ਆਪਰੇਟਰ ਵੀ ਸਾਡੇ ਚੱਕਦਾ, ਐਕਸੀਵੇਟਰ ਵੀ ਸਾਡੇ ਚੱਕਦਾ ਜੀ। ਬਾਲਾ ਵਲੋਗ ਨਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ, ਲਾਈਕ ਵੀ ਕਰਨਾ, ਸ਼ੇਅਰ ਵੀ ਕਰਨਾ। ਸਾਡੀ ਆ ਪੂਰੀ ਮੁਕੰਮਲ ਵੀਡੀਓ ਵੇਖਣਾ, ਕਿਸ ਤਰੀਕੇ ਦੇ ਨਾਲ ਜਿਹੜਾ ਸਾਰਾ ਕੰਮ ਹੋਣ ਡਿਆ, ਮਿੱਟੀ ਕਿਵੇਂ ਪੈਣ ਡੀ, ਬਾਕਟ ਕਿਵੇਂ ਕੰਮ ਕਰਨ ਡਿਆ, ਆਪਰੇਟਰ ਕਿਵੇਂ ਕੰਮ ਕਰਨ ਡਿਆ ਜੀ। ਅੱਜ ਤੁਸੀਂ ਵੇਖਣ ਡੇ ਜੇ ਰਸਤਾ ਵੀ ਪੱਧਰਾ ਕਰਨਾ ਪੈਂਦਾ, ਕਰਾਹ ਮਾਰਨਾ ਪੈਂਦਾ, ਜਿਹੜੀਆਂ ਟਿੱਬੀਆਂ ਟੁੱਬੀਆਂ ਨੇ ਖਤਮ ਹੋ ਜਾਣ, ਗੱਡੀ ਫਸੇ ਨਾ, ਉਹਦਾ ਕਰਕੇ ਬੈਕ ਕਰਾ ਸਿੱਧਾ ਕਰਾ ਵੀ ਮਾਰਨਾ ਪੈਂਦਾ ਟਰੈਕਟਰ ਦੇ ਨਾਲ, ਕਿਉਂਕਿ ਵੇਖੋ ਜੀ ਕਿੱਡੇ ਅੱਛੇ ਤਰੀਕੇ ਦੇ ਨਾਲ ਜਿਹੜਾ ਨਾ ਕੰਮ ਕਰਦਾ ਪਿਆ ਬੰਦਾ, ਭਾਈ ਹੈ ਦੋਸਤ ਵੀ ਆਪਣਾ ਜੀ। ਜਾਂ ਸਮੁੰਦਰ 'ਚੋਂ ਛੱਲਾਂ ਬਾਹਰ ਆਉਂਦੀਆਂ ਨੇ ਜੀ, ਗੱਡੀ ਨਾਲ ਬਾਹਰ ਖਿੱਚਣ ਡਿਆ ਜਿਹੜਾ ਟਰੈਕਟਰ ਦੇ ਪਿੱਛੇ ਪਾਇਆ ਕਰਾ, ਜਿਹਦੇ ਨਾਲ ਪਾਣੀ ਬਾਹਰ ਆਵੇ ਤਾਂ ਕਿ ਜਗ੍ਹਾ ਪੱਕੀ ਹੋਵੇ ਗੱਡੀਆਂ ਬਹਿਣ ਨਾ, ਬਹਿਣਗੀਆਂ ਨਾ ਤਾਂ ਕੰਮ ਚੱਲਦਾ ਰਹੇਗਾ ਸਾਰਾ। ਕਿਸ ਅੰਦਾਜ਼ ਦੇ ਨਾਲ ਨੌਜਵਾਨ ਜਿਹੜਾ ਕੰਮ ਕਰਨ ਡਿਆ ਜੀ। ਪਾਣੀ ਦੀ ਸਪੀਡ ਵੇਖੋ, ਨੀਵੇਂ ਪਾਸੇ ਪਾਣੀ ਹਮੇਸ਼ਾ ਜਿਹੜਾ ਬਹੁਤ ਸਪੀਡ ਨਾਲ ਜਾਂਦਾ, ਇਸ ਤੋਂ ਗੱਡੀ ਦਾ ਬੈਕ ਕਰਾ ਕਰਕੇ ਪਾਣੀ 'ਚ ਮਾਰਨ ਡਿਆ ਜਿਹੜਾ ਤੋੜੋ ਅੱਗੇ ਤੱਕ ਪਹੁੰਚ ਜਾਵੇ। ਜਿੱਧਰ ਐਕਸੀਵੇਟਰ ਰਸਤਾ ਨਾ, ਰੇਤ ਦੇ ਰੇਤ ਦੇ ਉੱਤੇ ਪਾਣੀ ਵੱਜ ਜਾਵੇ ਤਾਂ ਗੱਡੀ ਜਿਹੜੀ ਬਹਿੰਦੀ ਨੇਗੀ, ਫਸਦੀ ਨੇਗੀ, ਨਿਕਲ ਸੌਖੀ ਜਾਂਦੀ ਹੈ। ਫਿਰ ਇਹ ਦੁਬਾਰਾ ਜਿਹੜਾ ਉਹ ਡਿੱਗੀ 'ਚ ਵੜਨ ਲੱਗਾ ਪਾਣੀ ਵਾਲੀ ਜਿਹੜੇ, ਉਸ ਪਾਣੀ ਫਿਰ ਪਿੱਛੇ ਨੂੰ ਲਿਆਉਣ ਡਿਆ ਬੈਕ ਕਰਾ ਦੇ ਨਾਲ, ਜਿਹੜਾ ਤੋੜ ਪਾਣੀ ਜਿਹੜਾ ਮਸ਼ੀਨ ਦੀ ਉਹ ਜਿੱਥੇ ਤੱਕ ਬਾਕਟ ਆਉਂਦਾ ਉਹਦੇ ਨਾਲ ਲਾਉਣਾ ਬਿਲਕੁਲ ਪਾਣੀ। ਫਿਰ ਇੱਕ ਵਾਰੀ ਉਹਨੇ ਦੁਬਾਰਾ ਪਾਣੀ ਉਸ ਡਿੱਗੀ ਦੇ ਵਿੱਚੋਂ ਕਰਾਹ ਦੇ ਨਾਲ ਬੈਕ ਲਿਆਉਂਦਾ, ਜਿਹੜਾ ਜਿਹੜੀ ਜਗ੍ਹਾ ਰਹਿ ਗਈ ਹੈ ਮਾੜੀ ਚੰਗੀ ਉਹਦੇ ਉੱਤੇ ਪਾਣੀ ਪੂਰਾ ਪੈ ਜਾਵੇ, ਜਗ੍ਹਾ ਬਹਿ ਜਾਏਗੀ, ਜਗ੍ਹਾ ਪੱਧਰੀ ਵੀ ਆਉਣ ਡਈ, ਪਾਣੀ ਬੈਕ ਤੋੜੋ ਉੱਥੇ ਤੱਕ ਜਾਏਗਾ ਜਿੱਥੇ ਤੱਕ ਟਰਾਲੀਆਂ ਬੈਕ ਜਾਂਦੀਆਂ ਨੇ ਅਤੇ ਮਿੱਟੀ ਭਰ ਕੇ ਆਉਂਦੀਆਂ ਨੇ ਜੀ। ਜਿੱਥੇ ਗੱਡੀਆਂ ਫਸਦੀਆਂ ਨੇ ਉੱਥੋਂ ਕਰਾਹ ਦੇ ਨਾਲ ਮਿੱਟੀ ਭਰਾਂ ਖਿੱਚਣ ਲੱਗਾ, ਗੱਡੀ ਦਾ ਜ਼ੋਰ ਬਹੁਤ ਲੱਗਦਾ ਇੱਥੇ ਬਾਹਰ ਕੱਢਣ।
ਲਿਆ, ਮਿੱਟੀ ਸੁੱਕੀ, ਇੱਥੇ ਪਾਣੀ ਨਹੀਂ ਪਹੁੰਚਿਆ। ਫਿਰ ਦੁਬਾਰਾ ਆ ਰਿਹਾ ਜੀ, ਇੱਕ ਵੱਡਾ ਹੋਰ ਲਾਉਣ ਲੱਗਾ ਕਿਰਾਏ ਦਾ। ਗੱਡੀ ਵੀ ਨਵੀਂ ਹੈ ਜੀ, ਬੰਦਾ ਵੀ ਸਮਝਦਾਰ ਹੈ ਕਿਸ ਅੰਦਾਜ਼ ਦੇ ਨਾਲ ਗੱਡੀ ਰੇਸ। ਹਰ ਬੰਦੇ ਦਾ ਕੰਮ ਨਹੀਂ ਕਿ ਕਿਰਾ ਮਾਰ ਲਵੇ ਜਾਂ ਖਿੱਚ ਲਵੇ। ਫਿਰ ਇੱਕ ਬਲੇਟ ਹੋਰ ਲਾਉਣ ਲੱਗਾ ਜੀ ਕਿਰਾ ਦਾ ਫੱਟਾ, ਇੱਕ ਕਿ ਚੰਗੀ ਤਰ੍ਹਾਂ ਮਿੱਟੀ ਜਗ੍ਹਾ ਜਿਹੜੀ ਸਹੀ ਹੋ ਜਾਏਗੀ, ਜਗ੍ਹਾ ਪੱਧਰੀ ਹੋ ਗਈ, ਸਾਫ਼ ਹੋ ਗਈ, ਪਾਲੀ ਫਸਣ ਨਹੀਂ ਲੱਗੀ। ਚੰਗੀ ਤਰ੍ਹਾਂ ਜਿਹੜਾ ਰਾਹ ਪੱਧਰਾ ਕਰੇਗਾ ਤਾਂ ਕਿ ਗੱਡੀ ਦਾ ਟਰੈਕਟਰ ਜ਼ੋਰ ਵੀ ਬੜਾ ਲਾਉਂਦੇ ਨੇ, ਲੋਡ ਹੁੰਦਾ ਪਿੱਛੇ ਜੀ, ਟਰਾਲੀ ਪੂਰੀ ਜੈਕ ਵਾਲੀ ਮਿੱਟੀ ਵੀ ਹੁੰਦੀ ਹੈ, ਉਸ ਵਜ੍ਹਾ ਤੋਂ ਰਾਹ ਸ਼ਾਹ ਪੱਧਰਾ ਕਰਨਾ ਜਿਹੜਾ ਗੱਡੀ ਦਾ ਜ਼ੋਰ ਵੀ ਘੱਟ ਲੱਗਦਾ ਅਤੇ ਨੁਕਸਾਨ ਵੀ ਨਹੀਂ ਹੁੰਦਾ ਗੱਡੀਆਂ ਦਾ ਜੀ। ਇਸ ਤਰੀਕੇ ਦੇ ਨਾਲ ਜਿਹੜਾ ਬਲੇਟ ਮਾਰਦੇ ਨੇ ਟਰੈਕਟਰ ਦੇ ਬੈਕ ਕਰਾ ਨਾਲ, ਅਗਲਾ ਕਿਰਾਏ ਸਟਾਰਟ ਕਰਨ ਲੱਗੇ ਅਗਲੀ ਟਰਾਲੀ ਭਰਨ ਵਾਸਤੇ। ਫਿਰ ਜਿਹੜੀ ਟਰਾਲੀ ਇੱਕ ਹੋਰ ਆ ਗਈ, ਇਹਨੂੰ ਵੀ ਹੁਣ ਭਰਨ ਦਾ ਤਰੀਕਾ ਘਰ ਵੇਖਿਓ, ਉਹਨੇ ਸਲਫ ਮਾਰਿਆ ਬਿਸਮਿਲਾ ਪੜ੍ਹ ਕੇ, ਹੁਣ ਮਿੱਟੀ ਭਰਨ ਲੱਗਾ। ਵੇਖਿਓ ਕਿੰਨੇ ਬਾਕਟ ਪੈਂਦੇ ਨੇ, ਕਿੰਨੀ ਦੇਰ 'ਚ ਭਰਦੀ ਹੈ, ਤਕਰੀਬਨ ਮਿੰਟ ਦੇ ਵਿੱਚ ਟਰਾਲੀ ਭਰ ਜਾਂਦੀ ਹੈ। ਅਜੇ ਗਰਮੀ ਦਾ ਮੌਸਮ ਹੈ, ਠੀਕ ਹੈ, ਅੱਜ ਤਾਂ ਹਵਾ ਚੱਲਣ ਡੀ, ਉੱਤੇ ਵੇਖੋ ਕਿੱਡਾ ਪਿਆਰਾ ਪਿਆਰਾ ਮੌਸਮ ਹੈ, ਬੱਦਲ ਬਣੇ ਹੋਏ ਨੇ, ਠੀਕ ਹੈ, ਜਿਹੜੀ ਜਗ੍ਹਾ 'ਤੇ ਅਸੀਂ ਖਲੋਤੇ ਹਾਂ ਅੱਜ ਮੌਸਮ ਤਾਂ ਬਾਰਿਸ਼ ਵਾਲਾ, ਇੱਥੇ ਹਲਕੀ ਫੁਲਕੀ ਕਿਸੇ ਜਗ੍ਹਾ 'ਤੇ ਹੋਈ ਹੈ, ਕਿਸੇ ਜਗ੍ਹਾ 'ਤੇ ਨਹੀਂ ਹੋਈ ਅਜੇ, ਇਸ ਕਰਕੇ ਜਿਹੜਾ ਕੰਮ ਅਜੇ ਤੱਕ ਚੱਲੀ ਜਾਣ ਡਿਆ ਗੱਡੀਆਂ ਵਾਲਾ, ਕਿਉਂਕਿ ਦੁਪਹਿਰ ਨੂੰ ਨਹੀਂ ਤਾਂ ਰੈਸਟ ਕਰਦੇ ਨੇ 12, ਇਹ ਤਕਰੀਬਨ 2 ਵਜੇ ਦਾ ਟਾਈਮ ਹੈ। ਟਰਾਲੀ ਵੇਖੋ ਚੰਗੀ ਤਰ੍ਹਾਂ ਤਸੱਲੀ ਨਾਲ ਭਰਦੇ ਨੇ ਜੀ, ਚੜ੍ਹਾਈ ਹੈ ਟਰੈਕਟਰ ਦਾ ਦੌਰ, ਵੇਖੋ ਕਿੰਨਾ ਲੱਗਣ ਡਿਆ, ਫੁੱਲ ਦੌਰ ਲਾ ਦਿੱਤਾ ਗੱਡੀ ਨੇ। Thank you.
ਵਧੀਆ ਵਧ ਗਿਆ ਜੀ, ਜੜੇ ਹੱਥ ਮੰਨ ਗਿਆ ਨਿਕਲੇ ਨਾ ਉਹ ਜਾ ਜੀ। ਬਾਹ ਵੜਾਜ ਸਾਹਿਬ ਇਸ ਟਾਈਮ ਗੱਡੀ ਦੀ ਡਰਾਈਵਿੰਗ ਕਰਨ ਲੱਗੇ ਨੇ, ਬਹੁਤ ਹੀ ਤਰੀਕੇ ਦੇ ਨਾਲ, ਅੱਛੇ ਤਰੀਕੇ ਦੇ ਨਾਲ ਗੱਡੀ ਲੈ ਕੇ ਜਾਣਗੇ। ਲੋਡ ਗੱਡੀ ਦਾ ਚਲਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਜੀ।
ਇੱਧਰ ਨੂੰ ਵੇਖ ਸਿੱਧਾ ਆਵੇਂ। ਟੋਰੀ ਜਾ ਟੋਰੀ ਜਾ। ਅੱਗੇ ਕਰ ਅੱਗੇ ਕਰ। ਟਰਾਲੀ ਖਾਲੀ ਦੀ ਆਈ ਨਹੀਂ। ਲਾ ਦੇ ਕਾਲੀ ਪੱਟੀ ਦਾ ਗੇਰ। ਕਾਲੀ ਪੱਟੀ ਮਸ਼ਹੂਰ ਟਰੈਕਟਰ ਹੈ। ਇਹ ਜੀ ਵੜੈਜ ਬਾਦਸ਼ਾਹ ਕਾਸ਼ਰ ਬਾ ਵੜੈਜ ਨਾਂ ਹੈ ਇਸ ਨੌਜਵਾਨ ਦਾ। ਬਾਕਟ ਦੇ ਉੱਤੇ ਆਉਣਾ, ਫਰੰਟ 'ਤੇ ਲਾਉਣੀ ਹੈ ਨਾ। 200 ਟਰਾਲੀ ਇੱਕ ਬੰਦੇ ਨੇ ਧਰ ਦਿੱਤੀ ਸਵੇਰ ਦੀ ਗੱਲ। 8 ਘੰਟੇ ਕੰਮ ਕੀਤਾ।
ਦਾ ਕੋਈ ਨਹੀਂ ਐਡਾ ਦਾ ਜਿੱਥੇ ਤਾਂ ਇਹ ਟਾਲੀ ਤੇ ਟਾਲੀ ਤੇ ਕੰਮ ਜਾਂਦੇ ਹੋ ਨੌਜਵਾਨ ਹੈ ਜੀ ਜਿਹੜਾ ਤੋੜ ਤਕਰੀਬਨ 210 ਫੁੱਟ ਤੱਕ ਟਰਾਲੀ ਜਿਹੜੀ ਬੈਕ ਹੈ ਇੰਕਲੋਗ ਕਰਨ ਵਾਲਾ ਗੁੱਲ ਫਾਰਮ ਤਾਰਨ ਨਾਮ ਹੈ ਇਸ ਮੁੰਡੇ ਦਾ ਜੀ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਟਰਾਲੀ ਬੈਕ ਕਰਦਾ ਬਹੁਤ ਹੀ ਤਜਰਬੇਕਾਰ ਸਾਡੇ ਸਾਰਿਆਂ 'ਚ ਤਜਰਬਾ ਵੀ ਇਸ ਮੁੰਡੇ ਦਾ ਹੀ ਹੈ ਜਿਹੜਾ ਟਰਾਲੀ ਬੈਕ ਕਰਨ ਦਾ ਕਿਉਂਕਿ ਇਹਦੇ ਜਿੰਨਾ ਤਜਰਬਾ ਜੇ ਹੋਰ ਕਿਸੇ ਦਾ ਨਹੀਂ ਉਮਰ 'ਚ ਦਾਦਾ ਨੇ ਤਕਰੀਬਨ ਤਾਂ ਤਜਰਬਾ ਕੋਈ ਨਹੀਂ ਸਾਡੇ
ਚੱਕਾਂ 'ਚ ਮਿੱਟੀ ਸੁੱਟੀ ਆਉਣ ਲਈ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਆਈ ਟਿੱਬੇ ਦਿਲ ਬਦੀ 'ਤੇ ਮੁਕਾਬਲਾ ਹੁੰਦਾ ਜੀ ਜਿਹੜਾ ਅਸੀਂ ਕਰਦੇ ਹਾਂ। ਤਾਂ ਮੇਰਾ ਚਾਚਾ ਹੈ ਜੀ ਅਸ਼ਰਫ ਜਿਹੜਾ ਬਹੁਤ ਹੀ ਤਰੀਕੇ ਦੇ ਨਾਲ ਟਰੱਕ ਨੂੰ ਚਲਾਉਂਦਾ ਅਤੇ ਮਿੱਟੀ ਸੁੱਟਦਾ। ਗੱਡੀ ਬੈਕ ਆਉਣੀ ਵੇਖੋ ਉਹ ਟਰੈਕਟਰ ਜਿਹੜਾ ਜੀ ਤਕਾਈ ਬਹੁਤ ਜ਼ਿਆਦਾ ਹੁੰਦੀ ਹੈ। ਤੁਹਾਡੇ ਸਾਹਮਣੇ ਵੇਖੋ ਕਿਹੜੇ ਅੰਦਾਜ਼ ਦੇ ਨਾਲ ਇਹਨੇ ਗੱਡੀ ਬੈਕ ਕੀਤੀ ਹੈ। ਫੋਰ ਚੁੱਕਣ ਲੱਗਾ ਫੋਰ ਸਾਰਿਆਂ ਦਾ ਬਹੁਤ ਹੀ ਜਿਹੜੀ ਛੋਟੀ ਟਰਾਲੀ ਚੁੱਕ ਲੈਂਦਾ ਫੋਰ ਟਰੈਕਟਰ ਜਿਹੜਾ ਸਾਰਿਆਂ ਨਾਲ ਜ਼ਿਆਦਾ ਜਿਹੜਾ ਪਾਵਰ ਆਦਾ ਟਰਾਲੀ ਚੁੱਕਣ ਜਾ ਕੇ ਤਾਂ ਬੈਕ ਤਕਾਈ ਕਰਨ ਦੇ। ਦੂਸਰੀਆਂ ਗੱਡੀਆਂ ਵੀ ਆਉਣੀਆਂ ਨੇ ਉਹਨਾਂ ਦੇ ਤੁਹਾਡੇ ਬਾਰੇ ਦੱਸਾਂਗੇ ਕਿੰਝ ਟਰਾਲੀਆਂ ਜਿਹੜੀਆਂ ਜ਼ੋਰ ਲਾ ਲਾ ਕੇ ਚੁੱਕਦੀਆਂ ਨੇ ਥੋੜ੍ਹਿਆਂ ਜਿਹਾ ਸਕਿੰਟਾਂ ਦੇ ਵਿੱਚ ਟਰਾਲੀ ਜਿਹੜੀ ਚੁੱਕ ਪਰਾਂ ਮਾਰਦਾ ਹੈ ਚੰਦ ਸਕਿੰਟਾਂ ਦੀ ਮਾਰ ਹੈ ਜੀ ਤੁਹਾਡੇ ਸਾਹਮਣੇ। Thank you.